ਇੱਕ ਦੁਕਾਨ ਦੇ ਬਾਹਰ ਇਕੱਠੀ ਹੋਈ ਭੀੜ ਅਤੇ ਮੌਕੇ ਵਾਰਦਾਤ ਤੇ ਪਹੁੰਚ ਪੁੱਛਗਿੱਛ ਕਰ ਰਹੀ ਪੁਲਿਸ ਪਾਰਟੀ। ਇੱਥੇ ਜੋ ਕੁਝ ਹੋਇਆ ਉਹ ਸਾਡੇ ਪੰਜਾਬ ਦੇ ਡਰਾਉਣੇ ਹਾਲਾਤ ਬਿਆਨ ਕਰ ਰਿਹਾ, ਜਿਸ ਦੀ ਸਾਰੀ ਵਾਰਦਾਤ ਇਸ ਦੁਕਾਨ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ ਹੈ। ਜ਼ਰਾ ਗੌਰ ਨਾਲ ਦੇਖੋ ਇਹ CCTV ਵੀਡੀਓ, ਫਿਰ ਦੱਸਦੇ ਹਾਂ ਪੂਰਾ ਮਾਮਲਾ। ਮਾਮਲਾ ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਦਾ, ਜਿੱਥੇ ਬਾਂਸਲ ਮੈਡੀਕਲ ਸਟੋਰ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੂਰੀ ਘਟਨਾ ਦੱਸ ਰਹੇ ਨੇ ਦੁਕਾਨ ਦੇ ਮਾਲਕ। ਇੱਥੇ ਸਾਰੀਆਂ ਵੀਡੀਓ ਲਾ ਦਿਓ। ਬਿਊਰੋ ਰਿਪੋਰਟ SMZ ਨਿਊਜ਼। ਮੈਂ ਰਮੇਸ਼ ਕੁਮਾਰ ਜੀ। ਰਮੇਸ਼ ਜੀ ਕਿਹੜੀ ਦੁਕਾਨ ਕਰਦੇ ਆ? ਬਾਂਸਲ ਮੈਡੀਕਲ ਦੇ ਨਾਮ ਤੇ। ਕਿਹੜੀ ਜਗ੍ਹਾ ਆ? ਹਰਗੋਬਿੰਦ ਨਗਰ। ਕੀ ਗੱਲ, ਕੀ ਹੋਈ ਤੁਹਾਡੇ ਨਾਲ? ਸਰ 9:25 ਨੌ ਬੱਚੇ ਟਾਈਮ ਸੀ ਜੀ, ਮੈਂ ਇਕੱਲਾ ਦੁਕਾਨ 'ਤੇ ਬੈਠਾ ਸੀ ਤਾਂ 3 ਬੰਦੇ ਆਏ ਅਤੇ ਉਹ ਆ ਕੇ ਮੈਨੂੰ ਗਨ ਪੁਆਇੰਟ 'ਤੇ ਕਹਿੰਦੇ ਜੋ ਹੈਗਾ ਤੁਹਾਨੂੰ ਦੇ ਦਿਓ ਮੈਨੂੰ। ਅੱਛਾ ਜੀ। ਅਤੇ ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਬਜਾਣ ਦੀ, ਪਰ ਉਹ ਕਾਊਂਟਰ ਟੱਪ ਕੇ ਅੰਦਰ ਬੰਦਾ ਅੰਦਰ ਆ ਗਿਆ ਅਤੇ ਉਹ ਜਿੰਨਾ ਗੱਲਾਂ 'ਚ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਗਏ। ਕਿੰਨਾ ਤੁਸੀਂ ਲੱਗਦਾ ਕੈਸ਼? 40,000 ਦੇ ਕਰੀਬ ਸੀ। ਅੱਛਾ ਜੀ। ਕਿਤ ਕਾਤੇ ਆਏ ਸੀ ਉਹ ਬੰਦੇ? ਮੋਟਰਸਾਈਕਲ 'ਤੇ ਸੀ। ਕੀ ਕਿੰਨੇ ਉਹਨਾਂ ਕੋਲ ਕੀ ਹਥਿਆਰ ਕੀ ਸੀ ਉਹਨਾਂ ਕੋਲ? ਗਨ ਸੀਗੀ। ਪਿਸਟਲ ਸੀ? ਪਿਸਟਲ। ਕਿੰਨੇ ਪਿਸਟਲ ਸੀ? ਇੱਕ ਪਿਸਟਲ ਸੀ, ਇੱਕ ਮੁੰਡੇ ਕੋਲ ਪਿਸਟਲ ਸੀ, ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਪਿਆ ਸੀ। ਅੱਛਾ। ਮੂੰਹ ਬੰਦ ਸੀ? ਮੂੰਹ ਬੰਦ ਸੀ। ਆਏ ਕਿੱਧਰੋਂ? ਮੇਨ ਮੇਨ ਰੋਡ ਤੋਂ? ਇੱਧਰੋਂ ਆਏ ਬਸ। ਅੱਛਾ। ਅਤੇ ਇੱਧਰ ਚਲ ਗਏ। ਕਾਤੇ ਸੀ ਉਹ? ਮੋਟਰਸਾਈਕਲ 'ਤੇ ਜੀ। ਮੋਟਰਸਾਈਕਲ 'ਤੇ। ਕੀ ਤੁਹਾਡੇ CCTV ਕੈਮਰੇ 'ਚ ਆਏ ਹੋਣਗੇ? ਹਾਂਜੀ ਆਏ। ਕੀ ਕਹਿਣਾ ਚਾਹੁੰਦੇ ਪੁਲਿਸ ਨੂੰ, ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਆ, ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਆ, ਕੀ ਕਹਿਣਾ ਚਾਹੁੰਦੇ ਪੁਲਿਸ ਨੇ? ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ, ਪਰ ਸਾਡੀ ਸਿਕਿਉਰਿਟੀ ਤਾਂ ਕੁਛ ਹੈ ਨਹੀਂ ਜੀ। ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ? ਬਸ ਹੱਥੋਂ ਬਾਈ ਥੋੜ੍ਹੀ ਬਹੁਤ ਮਿਹਨਤ ਹੋਈ ਹੈ ਜੀ। ਹੋਰ ਕੀ ਲੱਗਿਆ? ਬਸ ਪੈਸੇ ਲੈ ਕੇ ਗਏ ਜਿੰਨੇ ਸੀ ਗੱਲੇ, ਜਿੰਨੇ ਪੈਸੇ ਸਾਰੇ। ਕੀ ਕਿਹਾ ਕਿ ਉਹਨਾਂ ਨੇ ਤੁਹਾਨੂੰ ਜੋ ਦਿੰਦੇ? ਜੋ ਪੈਸਾ ਗਏ ਦੇ। ਅੱਛਾ। ਤਾਂ ਪਿਸਟਲ ਦਿਖਾ ਕੇ ਉਹਨਾਂ ਨੇ ਤੋਂ ਮੰਗ ਲਏ ਪੈਸੇ? ਅੱਛਾ। ਇਹ ਕਾਊਂਟਰ ਟੱਪ ਕੇ ਅੰਦਰ ਆ ਗਏ ਸੀ? ਹਾਂਜੀ, ਕਾਊਂਟਰ ਟੱਪ ਕੇ ਅੰਦਰ ਆਏ। ਦੂਜਾ ਇੱਕ ਬੰਦਾ ਕਾਊਂਟਰ ਟੱਪ ਕੇ ਆ ਗਿਆ ਜੀ ਅੰਦਰ, ਇੱਕ ਬੰਦੇ ਨੇ ਉਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਨੀ ਦੇਰ ਵਾਸਤੇ। ਅੱਛਾ, ਗਨ ਰੱਖੀ ਜਿਹਦੇ ਉਹਨੇ ਗੱਲੇ 'ਚੋਂ ਪੈਸੇ ਕੱਢ ਨਹੀਂ ਲਏ। ਤੇ ਆਜੋ ਕੋਈ ਫੋਰਸ ਇੱਥੇ ਹੈ ਜੀ? ਕੋਈ ਖੜੇ ਗੋਲੇ ਲੱਗਦਾ ਕੋਈ ਪੁਲਿਸ? ਨਹੀਂ ਜੀ, ਕੁਛ ਨਹੀਂ। ਪੁਲਿਸ ਕਿੰਨੇ ਚਿਰ ਬਾਅਦ ਆਈ ਜੀ? 10-15 ਮਿੰਟ ਬਾਅਦ ਹੀ ਆਈ ਜੀ। ਮਾਮਲਾ ਕੁਛ ਨਹੀਂ ਜੀ, ਇੱਥੇ ਤਕਰੀਬਨ 9:25 ਮਿੰਟ ਟਾਈਮ ਸੀਗਾ। ਸਾਡੇ ਬਾਂਸਲ ਮੈਡੀਕਲ ਪ੍ਰੋਪਰਾਈਟਰ ਜਿਹੜੇ ਪਾਰਟਨਰ ਰਮੇਸ਼ ਕੁਮਾਰ ਬਾਂਸਲ ਜੀ, ਇਕੱਲੇ ਸੀ ਦੁਕਾਨ 'ਤੇ। 3 ਬੰਦੇ ਆਏ ਆ, ਉਹਨਾਂ ਨੇ ਮੂੰਹ ਬੰਨੇ ਸੀਗੇ, ਰਿਵਾਲਵਰ ਦੀ ਨੋਕ 'ਤੇ ਸਾਰਾ ਲੁੱਟ ਕੇ ਲੈ ਗਏ ਆ। ਆਪਣੇ ਮੁੰਡੇ ਨੇ ਬਹੁਤ ਜੱਦੋਜਹਿਦ ਕੀਤੀ ਆ, ਲੜਨ ਦੀ ਕੋਸ਼ਿਸ਼ ਕੀਤੀ ਆ, ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਉਹਨੇ ਸਟੂਲ ਵੀ ਚੱਕਿਆ ਵਾ, ਉਹਨੂੰ ਗੰਨ ਸੀਗੀ, ਸਾਰਾ ਅੰਦਰ ਕਾਊਂਟਰ 'ਤੇ ਛਾਲ ਮਾਰ ਕੇ ਸਾਰਾ ਜਿੰਨਾ ਕੈਸ਼ ਸੀ 40,000 60,000 ਰੁਪਇਆ ਕੱਢ ਕੇ ਲੈ ਗਿਆ। ਇੱਧਰੋਂ ਜਾਣ ਲੱਗੇ ਤਾਂ ਸਫਰਾ ਸਾਹਿਬ ਵੱਲੋਂ ਆਏ ਆਏ ਇੱਧਰੋਂ ਹੈਗੇ ਆ ਸਿਲਮਾ ਰੋਡ ਤੋਂ। ਸਰ ਕਿੰਨੇ ਵਿਅਕਤੀ ਆਏ ਸੀਗੇ? 3 ਬੰਦੇ। 3 ਬੰਦੇ ਕਾਤੇ ਆਏ ਸੀਗੇ ਸਰ? ਮੋਟਰਸਾਈਕਲ। ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨੂੰ ਲੈ ਕੇ? ਪੁਲਿਸ ਆਈ ਵੀ ਮੌਕੇ ਆਈ ਸੀ। ਕੰਪਲੇਂਟ ਪਾਈ ਸੀ? ਹਾਂਜੀ ਹਾਂਜੀ। ਇਹ ਜਿਹੜਾ ਅਸੀਂ ਮੈਡੀਕਲ ਸ਼ੋਪ 'ਤੇ ਆਏ ਸੀ, ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਲਸਰ ਦੇ ਮੋਟਰਸਾਈਕਲ ਆਏ ਸੀ, ਬੰਦੇ 3 ਜਣੇ ਇੱਥੋਂ ਕਰਕੇ ਲੈ ਕੇ ਗਏ ਨੇ ਇਹਨਾਂ ਤੋਂ। ਸਰ ਕਿੰਨੀ ਖੋਹ ਲੈ ਗਏ? ਅਜੇ ਫਿਲਹਾਲ ਤਾਂ ਇਹ 50,000 ਦੱਸ ਰਹੇ, ਬਾਕੀ ਬਾਅਦ 'ਚੋਂ ਜੋ ਤਫਤੀਸ਼ ਦੇ ਅੰਦਰ ਆਊਗੀ ਉਸ ਤੁਹਾਨੂੰ ਦੱਸਿਆ ਜਾਊਗਾ। ਸਰ ਕੋਈ ਗਨ ਪੁਆਇੰਟ 'ਤੇ ਲੈ ਗਏ ਜਾਂ ਕਿੱਦਾਂ? ਹਾਂ ਜੀ, ਵੀਡੀਓ ਦੇਖ ਰਹੇ ਹਾਂ, ਇਹ ਕਹਿ ਤਾਂ ਇਹੀ ਰਹੇ ਨੇ। CCTV ਕੈਮਰੇ ਜਾਏ ਤਫਤੀਸ਼ ਤੋਂ ਬਾਅਦ ਪਤਾ ਲੱਗੂ CCTV ਕੈਮਰੇ ਮਿਲੇ ਨੇ, ਅਤੇ ਹੁਣ ਉਹਨਾਂ ਦੀ ਜਲਦੀ ਜਲਦੀ ਭਾਲ। ਸਰ ਕਿਸ ਉੱਪਰ ਰੋਡ ਦੇ ਉੱਪਰ ਦੁਕਾਨ ਹੈ? ਇਹ ਹਰਗੋਬਿੰਦ ਨਗਰ ਰੋਡ 'ਤੇ ਹੈ। ਕਾਹਦੀ ਦੁਕਾਨ ਹੈ ਸਰ? ਇਹ ਮੈਡੀਕਲ ਸ਼ੋਪ ਹੈ, ਵਿੱਚ ਮਿਕਸ ਸਮਾਨ ਹੈ, ਉਸ ਦੁਕਾਨ ਤੋਂ ਲੈ ਕੇ।